अज जिला गुरदासपुर के नबीपुर चौंक में स्थित एक इलीगल कलोनी में कंस्ट्रक्शन का काम चल रहा है, जिथे कि बिजली तारा भी इलीगल तरीके नाल स्ट्रीट लाइट नाल जोड़िया हुई हैं। म्यूनसिपल कमेटी के अधिकारियों ने उत्थे पहुँच के काम नूं रुकवाया। भरोसेयोग सूत्रां दी मन्नीए तां इह कलोनी विनय भंडारी नाँ दे व्यक्ति अते उसकी टीम की है। इन्हां दीआं लगभग 5 तों 6 कलोनियां इलीगल हैं, जिन्हां विच इंज ही काम चल रहा है। रिपोर्टर जतिंदर सिंह औलख की विशेष रिपोर्ट, मस्का चस्का टाइम, गुरदासपुर। जी दस दिओ की नाम अपना ते अज इत्थे आए हो, किहड़ी कलोनी है? ਵੀ ਹਰਜੀਤ ਸਿੰਘ, ਮੇਰਾ ਨਾਂ ਨਗਰ ਵਾਸੀ ਗੁਰਦਾਸਪੁਰ ਤੋਂ। ਇਹ ਕੋਰੀਡੋਰ ਕਲੋਨੀ ਨਵੀਂਪੁਰ ਬਾਈਪਾਸ ਚੌਂਕ ਦੇ ਜਿਹੜੀ ਕਟੋਈ ਆ ਲੀਗਲ ਹੈ ਆਨੰਦ ਘਰ, ਠੀਕ ਹੈ। ਇਹਦੀ ਕੰਪਲੇਂਟ ਆਈ ਸੀਗੀ ਮੀਡੀਆ ਥਰੂ ਹੀ, ਅਤੇ ਉਹ ਅਸੀਂ ਕੰਮ ਚੱਲ ਰਿਹਾ ਸੀਗਾ, ਉਹ ਬੰਦ ਕਰਾ ਦਿੱਤਾ, ਸਮਾਨ ਜ਼ਬਤ ਕਰਨ ਲੱਗੇ ਉਹਨਾਂ ਦਾ। ਪਹਿਲਾਂ ਵੀ ਕਈ ਵਾਰ ਕਲੋਨੀਆਂ ਦੇ ਕੰਮ ਬੰਦ ਕਰਾਏ ਜਾ ਚੁੱਕੇ, ਫਿਰ ਆ ਕਿਉਂ ਇਸ ਤਰ੍ਹਾਂ ਉਸਾਰੀ ਕਰ ਲੈਂਦੇ? ਇਹਦੇ ਲਈ ਸਰ ਅਸੀਂ ਸਰਕਾਰ ਦੇ ਪੋਰਟਲ 'ਤੇ ਜਿਹੜੀ ਆ ਲਿਸਟਾਂ ਚਾੜੀਆਂ ਕਲੋਨੀ ਦੀਆਂ ਕਿ ਕਿਹੜੀ ਲੀਗਲ ਹੈ, ਕਿਹੜੀ ਅਪਰੂਵਡ ਹੈ, ਕਿਹੜੀ ਅਨਅਪਰੂਵਡ ਹੈ, ਠੀਕ ਹੈ ਜੀ। ਬੋਰਡ ਵੀ ਵਗੈਰਾ ਲਾਏ ਸੀ ਕਲੋਨੀਆਂ ਦੇ ਵਿੱਚ, ਅਤੇ ਜਿਹੜੇ ਕਲੋਨਾਈਜ਼ਰ ਉਹਨਾਂ ਨੇ ਬੋਰਡ ਹਟਾ ਦਿੱਤੇ ਗਏ ਆ, ਅਤੇ ਐੱਫ ਆਈ ਆਰ ਬਾਰੇ ਲਿਖਿਆ ਵਾ, ਤਹਿਸੀਲਦਾਰ ਨੂੰ ਵੀ ਲਿਖਿਆ ਰਜਿਸਟਰੀਆਂ ਨਾ ਕਰਨਾ, ਬਿਜਲੀ ਬੋਰਡ ਨੂੰ ਉੱਥੇ ਤੱਕ ਲਿਖਿਆ ਕਨੈਕਸ਼ਨ ਨਾ ਜਾਰੀ ਕੀਤੇ ਜਾਣ, ਫਿਰ ਵੀ ਕੰਮ ਚੱਲ ਰਿਹਾ ਇਹਨਾਂ ਦੇ, ਹੁਣ ਬੰਦ ਕਰਾਏ ਕੁਛ ਕੰਪਲੇਂਟਾਂ ਦੇ ਦੁਆਰਾ। ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹਨਾਂ ਅਫਸਰਾਂ ਧਿਆਨ 'ਚ ਲਏਗਾ, ਬਾਕੀ ਉਹਨਾਂ ਦੀ ਜੋ ਵੀ ਸਰਕਾਰ ਦੇ ਰੂਲਾਂ ਸਭ ਕਰਨ ਦੀ ਕਾਰਵਾਈ ਕੀਤੀ ਜਾਏਗੀ? ਜਿਹੜੀ ਉਸਾਰੀ ਹੋ ਚੁੱਕੀ ਉਹਨੂੰ ਢਾਇਆ ਜਾਏਗਾ ਜਾਂ ਕਿਸ ਤਰ੍ਹਾਂ ਕੀ ਕੀਤਾ ਜਾਏਗਾ, ਕੀ ਐਕਸ਼ਨ ਕੀ ਕੀਤਾ ਜਾਏਗਾ? ਜੋ ਵੀ ਸਰਕਾਰ ਦੀ ਪਾਲਿਸੀ ਹੋਵੇ ਉਹਦੇ ਅਕੋਰਡਿੰਗ ਕਾਰਵਾਈ ਕੀਤੀ ਜਾਏਗੀ। ਕਿੰਨੀਆਂ ਕੁ ਅਨਅਧਿਕਾਰੀ ਕਲੋਨੀਆਂ ਆਪਣੇ ਗੁਰਦਾਸਪੁਰ ਵਿੱਚ? ਇਹ ਮੈਂ 18-20 ਦੇ ਕਰੀਬ ਤੋਂ ਆਉਣੀ ਆ। ਸਾਰੀਆਂ 'ਤੇ ਕਾਰਵਾਈ ਕੀਤੀ ਜਾਏਗੀ ਜੀ? ਸਾਰੀਆਂ 'ਤੇ।